हां जी प्यारे विद्यार्थी साथियों ਤੁਹਾਡਾ ਸਵਾਗਤ ਹੈ ਇਸ ਦਿਨ ਨਵੀਂ ਵੀਡੀਓ ਦੇ ਵਿੱਚ 12ਵੀਂ ਕਲਾਸ ਦਾ ਪੰਜਾਬੀ ਲਾਜ਼ਮੀ ਦਾ ਪੇਪਰ ਹੈ ਵਰਾ 2023 24 ਲਿਖਤੀ ਅੰਕ 80 ਨੇ ਮੁਲਾਂਕਣ ਜਿਹੜਾ ਹੋਣਾ ਤੁਹਾਡਾ ਅਸੈਸਮੈਂਟ ਦਾ 20 ਮਾਰਕਸ ਦਾ ਟੋਟਲ ਤੁਹਾਡੇ 100 ਨੰਬਰ ਨੇ ਤਾਂ ਜਿਹੜੇ ਇਨਸਟਰਕਸ਼ਨਸ ਨੇ ਤੁਸੀਂ ਪੜ ਲਿਓ ਮੈਂ ਨਹੀਂ ਪੜੂੰਗਾ ਤਾਂ ਸਭ ਤੋਂ ਪਹਿਲਾ ਕੁਸ਼ਣ ਸਾਡੇ ਕੋਲ ਹੈਗਾ ਆਪਣਾ ਦੇਸ਼ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ। ਦਲੀਪਕੌਰ ਟਿਵਾਨਾ ਦੀ ਕਿਹੜੀ ਲਾਜ਼ਮੀ ਪੰਜਾਬੀ 12ਵੀਂ ਦੇ ਵਿੱਚ ਪਾਠ ਪੁਸਤਕ ਵਿੱਚ ਸ਼ਾਮਲ ਹੈ? ਕਵਿਤਾ ਜਾਂ ਕਹਾਣੀ? ਠੀਕ ਹੈ ਤੁਸੀਂ ਸਾਰੇ ਕਵਿਤਾ ਕਹਾਣੀਆਂ ਜਿਹਨਾਂ ਦੇ ਲੇਖਕ ਇਹਨਾਂ ਨੂੰ ਯਾਦ ਕਰ ਲੈ ਕਿਉਂਕਿ ਉਹ ਹਮੇਸ਼ਾ ਪੇਪਰ ਦੇ ਵਿੱਚ ਆਉਂਦਾ। ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਇਸਤਰੀਆਂ ਦੇ ਕਿਸੇ ਦੋ ਲੋਕ ਨਾਚਾਂ ਦੇ ਨਾਮ ਲਿਖੋ। ਵਗਦੇ ਪਾਣੀ ਦੀ ਕਵਿਤਾ ਦੇ ਕਵੀ ਦਾ ਨਾਮ ਲਿਖੋ। 10 ਰੰਪਰ ਤੋਂ ਬਹੁਤ ਚੌਥਵੇਂ ਪ੍ਰਸ਼ਨ एमसीक्यूज आ गए नीली कहानी ਵਿੱਚ ਗਵਾਲੇ ਦੇ ਚਰਿੱਤਰ ਦਾ ਕਿਹੜਾ ਗੁਣ ਹੈ ਜੀਤੋ ਕਿਹੜੀ ਕਹਾਣੀ ਦੀ ਮੁੱਖ ਪਾਤਰ ਹੈ ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਯਾਨੀ ਕਿ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪੰਚਨਦ ਪੰਜਾਬ ਸੱਪ ਸਿੱਧੂ ਕੈਂਕਰ ਦੇਸ਼ ਮਨੁੱਖ ਵਿੱਚ ਖੇਡਣ ਦਾ ਗੋਣ ਕਿਸ ਨੇ ਭਰਿਆ তাজਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਤਰ੍ਹਾਂ ਜਾਪਦੀ ਹੈ ਹੇਡ ਲਿਖਿਆ ਵਿੱਚੋਂ ਸਹੀ ਤੇ ਗਲਤ ਦੱਸਣਾ ਤੁਸੀਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਸ ਲਈ ਹੋਇਆ ਸੀ ਤੇ ਕਿਉਂ ਕਿਉਂਕਿ ਉਹ ਤੈ ਕਿਤੇ ਪੈਸੇ ਮੰਗਦਾ ਸੀ ਇਹ ਜਿਹੜੇ ਆ ਤੁਹਾਨੂੰ ਸਹੀ ਗਲਤ ਤੁਸੀਂ ਇਹਦੇ ਕਰਨੇ ਆ ਠੀਕ ਹੈ ਨੀਲੀ ਦੀ ਵੱਡੀ ਸੌਰੀ ਨੀਲੀ ਦੀ ਬੱਚੀ ਦੀ ਸ਼ਕਲ ਨਿਰੀ ਪੂਰੀ ਨੀਲੀ ਵਰਗੀ ਸੀ ਸਹੀ ਗਲਤ ਦੱਸਣਾ ਤੁਸੀਂ ਬਾਕੀ ਵੀ ਦੇਖ ਲਓ ਉਸ ਤੋਂ ਅੱਧਾ ਸੀ ਅੱਗੇ ਬਾਦਿਆਂ ਖਾਲੀ ਤਾਂ ਮੈਂ ਤੁਹਾਡੇ ਲਈ ਆ ਗਈਆਂ ਨੇ ਠੀਕ ਹੈ ਜਿੰਮੇ ਤੁਸੀਂ ਹੁਣ 2024 ਦੇ ਵਿੱਚ ਪੇਪਰ ਦੇ ਰਹੇ ਹੋ ਨਾ ਤਾਂ ਤੁਹਾਨੂੰ ਬੜਾ ਸੌਖਾ ਕਰ ਦਿੱਤਾ ਐ ਐਮਸੀਕਿਊਜ਼ ਵਗੈਰਾ ਪਾ ਕੇ ਲੇਕਿਨ ਜਦੋਂ ਪਹਿਲਾਂ ਪੱਛਿਆਂ ਦੇ ਪੇਪਰ ਹੁੰਦੇ ਸੀਗੇ ਬਹੁਤ ਔਖਾ ਪੇਪਰ ਹੁੰਦਾ ਸੀ ਇਦਾਂ ਦੇ ਐਮਸੀਕਿਊਜ਼ ਵਾਲੇ ਬਿਲਕੁਲ ਵੀ ਨਹੀਂ ਹੁੰਦੇ ਸੀਬੀਐਸਸੀ ਬੋਰਡ ਟਾਈਪ ਕਰ ਦਿੱਤਾ ਇਹਨਾਂ ਨੇ ਹੁਣ ਮਤਲਬ ਪਿਛਲੇ 2 ਸਾਲਾਂ ਤੋਂ ਕੀਤਾ ਹੋਇਆ ਵਾ ਤੇ ਹੁਣ ਆ ਗਿਆ ਸਾਡੇ ਕੋਲ ਲੌਂਗ ਕੁਐਸਚਨ ਜਿਹੜੇ ਕਿ ਆ ਗਿਆ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿੜੀਆਂ-ਕਿੜੀਆਂ ਕਿਸਮਾਂ 10 ਨੰਬਰ ਦਾ ਕੁਐਸਚਨ ਆ ਪੰਜਾਬੀ ਸੱਭਿਆਚਾਰ ਇੱਥੇ ਸੱਭਿਆਚਾਰਾ ਠੀਕ ਹੈ ਇੱਥੇ ਮਤਲਬ ਉ ਠੀਕ ਹੈ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਨ ਪੀਣ ਵਿੱਚ ਆਈ ਤਬਦੀਲੀ ਬਾਰੇ ਜਾਣਨਾ ਪਉ ਪੰਜਾਬ ਦੇ ਮੇਲਿਆਂ ਦੀ ਕਿਹੜੀ ਕਿਹੜੀ ਵਿਸ਼ੇਸ਼ਤਾ ਹੈ ਸ਼ੱਕਰ ਭੀਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ ਲੋਕੀਤ ਦੀ ਵਿਸ਼ੇਸ਼ਤਾ ਉਦਾਹਰਨਾਂ ਸਹਿਤ ਦਿਓ ਤੁਹਾਡੇ ਕਸਬੇ ਵਿੱਚ ਦੋ ਪਹੀਆ ਵਾਹਨਾ ਦੀ ਮੰਗ ਦਿਨੋ ਦਿਨ ਵਧ ਰਹੀ ਹੈ ਤੁਸੀਂ ਐਪਲੀਕੇਸ਼ਨ ਲਿਖਣੀ ਹੈ ਏਜੰਸੀ ਤੋਂ ਦਿੱਲੀ ਏਜੰਸੀ ਹੈ ਤੁਹਾਡੀ ਹੀਰੋ ਮੋਟਰ ਸੀ ਉਹ ਤੋਂ ਤੁਸੀਂ ਪੱਤਰ ਲਿਖ ਕੇ ਜਾ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਨਾਂ ਤੋਂ ਉਹਨਾਂ ਦੀ ਫਰੈਂਚਾਈਜ਼ੀ ਮੰਗਣੀ ਆ ਠੀਕ ਹੈ ਏਜੰਸੀ ਮਤਲਬ ਫਰੈਂਚਾਈਜ਼ੀ ਹੁੰਦੀ ਆ ਠੀਕ ਹੈ ਤੁਸੀਂ ਪੜੇ ਲਿਖੇ ਨੌਜਵਾਨ ਉਹ ਭਾਰਤੀ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਿਓ ਬੀਮਾ ਏਜੰਟ ਬਣਨ ਲਈ ਪੱਤਰ ਲਿਖਣਾ ਜਿੰਨ ਦੋਨਾਂ ਚ ਜਿਹੜਾ ਮਰਜ਼ੀ ਲਿਖ ਸਕਦੇ ਤੁਸੀਂ ਮਤਲਬ ਤੁਸੀਂ ਮੈਂ ਤੁਹਾਨੂੰ ਇਹ ਕਹਾਂਗਾ ਇੱਕ ਸੈਂਪਲ ਪੇਪਰ ਜਿਹੜਾ ਮੈਂ ਤੁਹਾਨੂੰ ਕਰਵਾ ਰਿਹਾ ਆ ਵਾ ਤਾਂ ਪਹਿਲਾਂ ਸਾਰੇ ਸਿਲੇਬਸ ਦੀ ਤਿਆਰੀ ਕਰ ਲਓ ਉਸ ਤੋਂ ਬਾਅਦ ਇਸ ਸੈਂਪਲ ਪੇਪਰ ਨੂੰ ਹੱਲ ਕਰਕੇ ਦੇਖ ਲਓ ਇਸ ਨਾਲ ਤੁਹਾਡੀ ਤਿਆਰੀ ਜਿਹੜੀ ਆ ਹੂ ਪਤਾ ਲੱਗ ਜੂਗੀ ਕਿ ਕਿੰਨੀ ਤੁਸੀਂ ਤਿਆਰੀ ਕਰ ਚੁੱਕੇ ਹੋ ਲੇਕਿਨ ਪੱਤਰ ਤੱਕ ਕਿਤੋਂ ਵੀ ਆ ਸਕਦਾ ਜ਼ਰੂਰੀ ਨਹੀਂ ਕਿ ਤੁਹਾਡੇ ਸਿਲੇਬਸ ਦੇ ਵਿੱਚੋਂ ਹੀ ਆਵੇ ਕਈ ਵਾਰ ਬਾਹਰੋਂ ਵੀ ਆ ਜਾਂਦਾ ਤਾਂ ਤੁਹਾਨੂੰ ਲਿਖਣ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਤੁਹਾਡੇ ਕੋਲ ਆ ਗਿਆ ਸਰਲੇਖ ਤੁਸੀਂ ਸਰਲੇਖ ਲਿਖਣਾ ਵਾ ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੇਤੀ ਸੌਂਦਿਆਂ ਸਵੇਰੇ ਤੜਕੇ ਉੱਠਣਾ ਸੇਤਨ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ ਇਹ ਪੈਰਾਗ੍ਰਾਫ ਪੜ੍ਹ ਕੇ ਥੱਲੇਲੇ ਆਨਸਰ ਦੇਣੇ ਨੇ ਠੀਕ ਹੈ ਸੋਰੀ ਥੱਲੇ ਲੈ ਆਂਸਰ ਨਹੀਂ ਦੇਣੀ ਤਾਂ ਤੁਸੀਂ ਸਰਲੇਖ ਲਿਖਣਾ ਤੇ ਇਹਨੂੰ ਟੋਕਮਾ ਸ਼ਾਰਟ ਕਰਕੇ ਲਿਖਣਾ ਮਤਲਬ ਚਾਰਕ ਲਾਈਨਾਂ ਚ ਲਿਖਣਾ ਉਸ ਤੋਂ ਬਾਅਦ ਉਹ ਗੋਲ ਸ਼ਬਦ ਕੋਸ਼ ਦੋਨੇ ਠੀਕ ਹੈ ਇਹ ਦੋਨੇ ਜਿਹੜੇ ਹੈਗੇ ਨੇ ਇਹ ਤਿੰਨ ਨੰਬਰ ਦੇ ਨੇ ਠੀਕ ਹੈ ਡਿਵਾਈਡ ਕੀਤਾ ਹੋਇਆ ਸਾਰਿਆਂ ਦਾ ਅੱਧਾ-ਅੱਧਾ ਨੰਬਰ ਆ ਠੀਕ ਹੈ ਇਹਨਾਂ ਨੂੰ ਜੋ ਐਕ ਕਰਨਾ ਦੋਨੋਂ ਚ ਠੀਕ ਹੈ ਅਗੇ ਸਾਡੇ ਕੋਲ ਆ ਗਿਆ ਗ੍ਰਾਮਰ ਪੋਰਸ਼ਨ ਤੁਸੀਂ ਜਿਹੜੀ ਵੀ ਵਾਕ ਬ੍ਰੈਕਟ ਚ ਦਿੱਤੇ ਹੋਇਆ ਜਿਵੇਂ ਵਿਸ਼ਮੇ ਬਾਚ ਬਾ ਇਹਨੂੰ ਲਿਖਣਾ ਵਾ ਠੀਕ ਹੈ ਕਾਸ਼ ਮੈਂ ਅਮੀਰ ਹੁੰਦਾ ਇਹ ਵਿਸ਼ਵੇਵਾਚਕ ਇਦਾਂ ਬਣੇਗਾ ਪ੍ਰਸ਼ਨਵਾਚਕ ਕੋਈ ਗੀਤ ਸੁਣਾਓ ਕੋਈ ਕੋਈ ਸੋਨਾ ਜਾਂ ਗੀਤ ਸੁਣਾਓ ਇੱਕ ਸਿੰਪਲ ਵਾਕ ਇਹਨੂੰ ਪ੍ਰਸ਼ਨਵਾਚਕ ਬਣਾਉਣਾ ਕੀ ਤੁਸੀਂ ਗੀਤ ਸੁਣਾ ਸਕਦੇ ਹੋ ਪ੍ਰਸ਼ਨਵਾਚਕ ਹੋ ਗਿਆ ਨਾ ਬਾਕੀ ਵੀ ਤੁਸੀਂ ਕਰ ਲਿਓ ਅੱਗੇ ਸਾਡੇ ਕੋਲ ਆ ਗਿਆ ਅਖੋਤਾ ਨੇ ਇਹਨਾਂ ਨੂੰ ਤੁਸੀਂ ਵਾਕਾਂ ਦੇ ਵਿੱਚ ਵਰਤਣਾ ਵਾ ਸਥਿਤੀਆਂ ਅਨੁਸਾਰ ਠੀਕ ਹੈ ਦੋ ਦੋ ਨੰਬਰ ਦੇਗੇ ਉਸ ਤੋਂ ਅੱਗੇ ਕੋਲ ਆ ਗਿਆ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾਵੇਂ ਬੁੱਤੇ ਤਨ ਡੁੱਲੀ ਆ ਪਾਣੀ ਸੁਰਜੀਤ ਪਾਤਰ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਵਾਰਿਸ਼ਾ ਅਮਰਤਾ ਪ੍ਰੀਤਮ ਉਹ ਸੰਸਾਰ ਲਿਖਣਾ ਆਪਣਾ ਦੇਸ਼ ਕਰ ਜਾ ਆਪਣੇ ਠੀਕ ਹੈ ਗੁਲਜਾਰ ਸਿੰਘ ਸੰਧੂ ਮੈਂ ਤੁਹਾਨੂੰ ਸੀਰੀਅਸਲੀ ਇਹ ਕਹੂੰਗਾ ਉਹੀ ਸਾਰ ਲਿਖੋ ਜਿਹੜਾ ਤੁਹਾਨੂੰ ਪ੍ਰੋਪਰਲੀ ਆਉਂਦਾ ਤੇ ਥੋੜਾ ਵੱਡਾ ਬਣੇ ਕਿਉਂਕਿ ਕਈ ਵਾਰ ਸਾਨੂੰ ਕੋਈ ਚੀਜ਼ ਵੱਡੀ ਦਿਖਾਉਣੀ ਪੈਂਦੀ ਹੈ ਠੀਕ ਹੈ ਤਾਂ 5 ਨੰਬਰ ਦਾ ਇਹ ਥੋੜਾ ਸਾਰ ਇਹ ਲਾਸਟ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਟੈਲੀਗ੍ਰam ਨੂੰ ਜਰੂਰ ਜੁਆਇਨ ਕਰਿਓ ਧੰਨਵਾਦ